ਸੈਮ ਐਕਸਕੋਵੇਟਿੰਗ ਵੱਲੋਂ ਬਾਲੀਵੁੱਡ ਸਟਾਰ ਅਤੇ ਸੁਪਰਹਿੱਟ ਗਾਇਕ ਦਿਲਜੀਤ ਦਾ ਲਾਈਵ ਪ੍ਰੋਗਰਾਮ 13 ਮਈ ਨੂੰ ਐਡਮਿੰਟਨ ਐਕਸਪੋ ਸੈਂਟਰ ਵਿੱਚ ਬੜੇ ਹੀ ਜੋਸ਼ੋ ਖਰੋਸ਼ ਨਾਲ ਕਰਵਾਇਆ ਜਾ ਰਿਹਾ ਹੈ। ਹਾਲ ਹੀ ਵਿੱਚ ਐਡਮਿੰਟਨ ਦੇ ਪਿੰਡ ਪੰਜਾਬ ਰੈਸਟੋਰੈਂਟ ਵਿੱਚ ਇਸ ਸ਼ੋਅ ਸੰਬੰਧੀ ਵਿਸ਼ੇਸ਼ ਪੋਸਟਰ ਬੜੇ ਧੂਮ ਧੜੱਕੇ ਨਾਲ ਰਿਲੀਜ਼ ਕੀਤਾ ਗਿਆ, ਜਿਸ ਨੂੰ ਰਿਲੀਜ਼ ਕਰਨ ਦੀ ਰਸਮ ਇਸ ਸ਼ੋਅ ਦੇ ਪ੍ਰਮੋਟਰਾਂ ਸੈਮ ਝੱਜ, ਬੰਟੀ ਝੱਜ, ਜੈ ਗਰੇਵਾਲ ਅਤੇ ਇਸ ਸ਼ੋਅ ਦੇ ਸਪੌਂਸਰਾਂ ਨੇ ਸਾਂਝੇ ਤੌਰ 'ਤੇ ਅਦਾ ਕੀਤੀ। ਇਸ ਮੌਕੇ ਪ੍ਰਸਿੱਧ ਗੀਤਕਾਰ ਕਰਨੈਲ ਸ਼ੇਰਪੁਰੀ ਨੇ ਕਰਨੈਲ ਪਾਰਸ ਦੀ ਲਿਖੀ ਰਚਨਾ ਪੇਸ਼ ਕੀਤੀ। ਦੁਸ਼ਮਣ ਦਾ ਵੀ ਭਲਾ ਟਲੇ ਗੁਆਂਢੀ ਤੋਂ ਸਦਾ, ਕੋਹਾਂ ਦੂਰ ਬਲਾ ਰੱਖੀ ਮਰਦਿਆਂ ਤੱਕ ਤੂੰ, ਉਹ ਰੱਖੀ ਮਰਦਿਆਂ ਤੱਕ ਤੂੰ ਸਭ ਦੀ ਉਜਲੀ ਪੱਤ, ਤੇਰੇ ਪਾਣੇ ਸ਼ਹਿਨਸ਼ਾਹ ਸੁਖੀ ਵਸੇ ਸਰਬੱਤ, ਮਾਲਕਾ ਸੁਖੀ ਵਸੇ ਸਰਬੱਤ, ਉਹ ਅੰਬਰੋਂ ਬਾਰਿਸ਼ ਦੁੱਧ ਦੀ, ਅੰਬਰੋਂ ਬਾਰਿਸ਼ ਦੁੱਧ ਦੀ ਵੱਖੋ ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸ਼ੋਅ ਦੇ ਪ੍ਰਮੋਟਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇਟਸ ਅ ਗ੍ਰੇਟ ਸ਼ੋਅ ਮੇਰੇ ਖਿਆਲ ਨਾਲ, ਅਤੇ ਇਹ ਸਾਡੇ ਅਲਬਰਟਾ ਦੀ ਬੜੀ ਵੱਡੀ ਉਪਲਬਧੀ ਹੈ ਵੀ ਦਿਲਜੀਤ ਜੀ ਇੱਥੇ ਆ ਰਹੇ ਨੇ, ਤੇ ਆਈ ਥਿੰਕ ਕਮਿਊਨਿਟੀ ਇਜ਼ ਵੈਰੀ ਐਕਸਾਈਟਡ ਐਂਡ ਐਕਸਾਈਟਮੈਂਟ ਇਜ਼ ਫਾਰ ਆਲ ਏਜ ਗਰੁੱਪ। ਆਈ ਐਮ ਰੀਲੀ ਐਕਸਾਈਟਡ ਟੂ ਬੀ ਅ ਪਾਰਟ ਆਫ ਦ ਸਪੌਂਸਰਸ਼ਿਪ। ਅਤੇ ਜਦ ਸੈਮ ਭਾਅ ਜੀ ਆਏ ਸੀ ਫਰੋਮ ਸੈਮਸ ਐਕਸਕੇਵੇਟਿੰਗ ਐਂਡ ਲੈਂਡਸਕੇਪਿੰਗ, ਆਪਾਂ ਨੂੰ ਸਪੌਂਸਰਸ਼ਿਪ ਪੁੱਛਣ ਵਾਸਤੇ, ਮੈਂ ਬਹੁਤ ਐਕਸਾਈਟਡ ਸੀਗਾ ਆਪਣੇ ਵੱਲੋਂ ਅਤੇ TD ਕੈਨੇਡਾ ਟਰੱਸਟ ਵੱਲੋਂ ਇਨਵੋਲਵ ਹੋਣ ਨੂੰ। ਅਤੇ ਮੈਂ ਬਹੁਤ ਐਕਸਾਈਟਡ ਹੈਗਾ ਕਿ ਮਈ 13 ਤਰੀਕ ਨੂੰ ਅਸੀਂ ਇਹ ਕੌਂਸਰਟ ਕਰਨਾ ਹੈਗਾ। ਅਤੇ ਮੇਰੇ ਵੱਲੋਂ ਬੇਨਤੀ ਹੈ ਸਾਰੀ ਕਮਿਊਨਿਟੀ ਨੂੰ ਕਿ ਸਾਰੇ ਆਪਣੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਆਉਣ, ਜਿਹੜੇ ਵੱਡੇ ਵੀ ਹੈਗੇ ਨੇ ਅਤੇ ਜਿਹੜੇ ਛੋਟੇ ਵੀ ਹੈਗੇ। ਚਾਹੁੰਗਾ ਕਿ ਇਹ ਸ਼ੋਅ ਆਲਮੋਸਟ ਸੋਲਡ ਆਊਟ ਆਲਰੇਡੀ ਹੋ ਚੁੱਕਿਆ, ਇਹ ਸੋਲਡ ਆਊਟ ਜਾ ਰਿਹਾ। ਆਈ ਵੁੱਡ ਲਾਈਕ ਟੂ ਕੰਗਰੈਚੁਲੇਟ ਸੈਮ ਚੱਜ, ਸੈਮਸ ਐਕਸਕਵੇਟਿੰਗ ਨੂੰ ਸ਼ੋਅ ਔਰਗਨਾਈਜ਼ ਕਰਨ ਲਈ, ਅਤੇ ਦਲਜੀਤ ਨੂੰ ਪਹਿਲੀ ਵਾਰ ਐਡਮਿੰਟਨ ਦੇ ਵਿੱਚ ਲੈ ਕੇ ਆਉਣ ਲਈ। ਅਗੇਨ ਕੰਗਰੈਚੁਲੇਸ਼ਨਸ ਟੂ ਦੈਮ ਫੋਰ ਅ ਸੋਲਡ ਆਊਟ ਸ਼ੋਅ। ਜਿਵੇਂ ਕਿ ਮਤਲਬ ਸ਼ੋਅ ਬਹੁਤ ਵਧੀਆ ਜਾ ਰਿਹਾ ਆ, ਕਿਉਂਕਿ ਆਪਣੇ ਸ਼ਹਿਰ ਦਾ ਸੁਪਰ ਹਿੱਟ ਸ਼ੋਅ ਆ, ਜੋ ਕਿ 2017 ਦਾ ਮੈਂ ਤਾਂ ਇਹ ਕਹੂੰਗਾ ਬਹੁਤ ਵਧੀਆ ਸ਼ੋਅ ਆ, ਕਿਉਂਕਿ ਸਿਆਣੇ ਮਤਲਬ ਵੀ ਕਹਿ ਰਿਹਾ, ਕਿਉਂਕਿ ਨਿਆਣੇ ਜਿਹੜੇ ਆ ਉਹ ਪੇਰੈਂਟਸ ਨੂੰ ਜ਼ਿਆਦਾ ਟਿਕਟਾਂ ਲਈ ਕਹਿ ਰਿਹਾ ਵੀ ਜ਼ਰੂਰ ਜਾਣਾ ਸੀ ਇਸ ਸ਼ੋਅ 'ਤੇ। ਕਿ ਅੱਛਾ ਹੋਇਆ ਕਿ ਆਪਣੇ ਦਿਲਜੀਤ ਕੋ ਚੂਜ਼ ਕੀਆ ਹੈ। ਖੈਰ ਯੰਗਸਟਰਸ ਔਰ ਹਰ ਏਜ ਕੇ ਬਾਰੇ ਮੈਂ ਆਪਣੇ ਧਿਆਨ ਮੇਂ ਰੱਖ ਕੇ ਇਸ ਸ਼ੋਅ ਕੋ ਸਪੌਂਸਰ ਕਰ ਰਹੇ ਜੋ, ਲੇਕਿਨ ਮੈਂ ਪੂਰੀ ਰੈਡੀ ਹੂੰ ਇਸ ਸ਼ੋਅ ਕੋ ਇੰਜੋਏ ਕਰਨੇ ਕੇ ਲੀਏ। ਮੈਂ ਫਸਟ ਸੀਟ ਪਰ ਜਾ ਕੇ ਸਾਈਡ ਪਰ ਨਾਚਨੇ ਵਾਲੀ ਹੂੰ। ਸੋ ਮੇਰੇ ਜਿਤਨੇ ਵੀ ਫਰੈਂਡਸ ਹੈ ਹਮ ਸਭ ਆਨੇ ਵਾਲੇ ਹੈ, ਨਾ ਕਿ ਹਮ ਉਸ ਚੀਜ਼ ਕੋ ਪ੍ਰਮੋਟ ਕਰ ਰਹੇ ਹੈ, ਬਲਕਿ ਹਮ ਦਿਲ ਸੇ ਖੁਦ ਆਨਾ ਚਾਹਤੇ ਹੈ। ਸੋ ਆਲ ਦਾ ਬੈਸਟ ਟੂ ਆਲ ਦਾ ਸਪੌਂਸਰਸ ਔਰ ਸ਼ੋਅ ਕੋ ਹਿੱਟ ਕਰਨੇ ਕੇ ਲੀਏ ਹਮਾਰੀ ਪੂਰੀ ਕੋਸ਼ਿਸ਼ ਰਹੀ, ਕਿਉਂਕਿ ਆਮ ਦ ਓਨਲੀ ਵਨ ਕੋ ਜੋ ਪੂਰਾ ਇੰਜੋਏ ਕਰਨਾ ਚਾਹਤਾ ਹੈ। ਦੋ ਸਾਲ ਪਹਿਲੇ ਵੀ ਦਿਲਜੀਤ ਕੀ ਸ਼ੋਅ ਪਰ ਗਈ ਥੀ ਔਰ ਅਭੀ ਮੈਨੇ ਜਬ ਸੇ ਸੁਨਾ ਹੈ ਕਿ ਇਹ ਦਿਲਜੀਤ ਕਾ ਸ਼ੋਅ ਹੋਣੇ ਵਾਲਾ ਹੈ, ਆਈ ਐਮ ਰੀਅਲੀ ਐਕਸਾਈਟਡ। ਮੇਰੇ ਕਜ਼ਨਸ ਹੈ, ਉਹਨਾਂ ਨੇ ਆਲਰੇਡੀ ਟਿਕਟਸ ਵੀ ਲੈ ਲਈ ਹੈ। ਆਈ ਐਮ ਜਸਟ ਲਾਈਕ ਲੁਕਿੰਗ ਫਾਰਵਰਡ ਟੂ ਇਟ। ਇਸ ਕਮਿਊਨਿਟੀ ਦੇ ਵਿੱਚ ਆਉਣ ਵਾਲਾ ਸ਼ੋਅ ਜੋ ਸਾਡੇ ਸ਼ਹਿਰ ਵਿੱਚ ਐਡਮਿੰਟਨ ਦਾ ਸ਼ੋਅ ਹੋ ਰਿਹਾ, ਸਾਰੇ ਹੀ ਦਰਸ਼ਕਾਂ ਨੂੰ ਮੋਹ ਮਾ ਕੇ ਇੱਥੇ ਆਉਣ ਅਤੇ ਸ਼ੋਅ ਦੇਖਣ। ਬੱਚਿਆਂ ਨੂੰ ਬੜੀ ਐਕਸਾਈਟਮੈਂਟ ਆ, ਸਿਆਣਿਆਂ ਨੂੰ ਬੜੀ ਐਕਸਾਈਟਮੈਂਟ ਆ, ਸਾਰਾ ਫੈਮਿਲੀ ਸ਼ੋਅ ਹੋਏਗਾ ਅਤੇ ਜ਼ਰੂਰ ਤੋਂ ਜ਼ਰੂਰ ਪਹੁੰਚਾਉਂਦੇ ਹਾਂ ਜੀ। ਤੁਹਾਡਾ ਹੰਗਾਰਾ ਬਹੁਤ ਵਧੀਆ ਮਿਲ ਰਿਹਾ ਸਾਨੂੰ, ਸਾਨੂੰ ਇੰਨੀ ਉਮੀਦ ਨਹੀਂ ਸੀ ਜਿੰਨਾ ਤੁਸੀਂ ਹੰਗਾਰਾ ਦੇ ਰਹੇ ਹੋ। ਇੱਕ ਸਾਡੀ ਬੇਨਤੀ ਆ, ਰਿਕੁਐਸਟ ਆ ਦਲਜੀਤ ਵੱਲੋਂ ਵੀ, ਛੋਟੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਜੀ ਨਾਲ। ਉਹ ਉਹਨਾਂ ਛੋਟੀਆਂ ਬੁਗੜੀਆਂ ਬੱਚਿਆਂ ਵਾਸਤੇ ਕੋਈ ਕਾਫੀ ਕੁਝ ਸਪੈਸ਼ਲ ਆ। ਹਾਂਜੀ, ਪਹਿਲਾਂ ਤਾਂ ਥੈਂਕ ਯੂ ਜੀ ਪ੍ਰਵਾਜ TV ਦਾ ਅਤੇ ਤੁਹਾਡਾ ਬਸੋਤਾ ਸਾਹਿਬ, ਕਿ ਸਾਨੂੰ ਆਲਵੇਜ਼ ਹੀ ਜਿੱਥੇ ਤੁਹਾਡੀ ਲੋੜ ਹੁੰਦੀ ਹੈ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਾਂ, ਅਤੇ ਨਾਲ ਹੀ ਸਪੈਸ਼ਲ ਸਾਡੇ ਸਾਰੇ ਐਡਮਿੰਟਨ ਵਾਸੀਆਂ ਦਾ ਅਤੇ ਸਾਡੇ ਸਪੋਰਟਰ ਸਾਹਿਬਾਨ ਦਾ, ਜਿਨ੍ਹਾਂ ਨੇ ਅੱਜ ਆਪਣੇ ਕੀਮਤੀ ਸਮੇਂ 'ਚੋਂ ਕੀਮਤੀ ਸੰਡੇ, ਜਿਹੜਾ ਕਿ ਫੈਮਿਲੀ ਵਾਲਾ ਦਿਨ ਹੁੰਦਾ, ਅਤੇ ਅੱਜ ਸਾਡੇ ਨਿੱਕੇ ਜਿਹੇ ਸੱਦੇ 'ਤੇ ਅਤੇ ਛੋਟੇ ਜਿਹੇ ਸੱਦੇ 'ਤੇ ਸਾਡੇ ਕੋਲ ਆ ਕੇ ਅਤੇ ਆਪਣਾ ਸਾਡਾ ਸਾਹਬ ਦਾ ਆ, ਅਤੇ ਸਾਨੂੰ ਇੱਕ ਅਹਿਸਾਸ ਦਵਾਇਆ ਕਿ ਵੀ
ਉਹ ਸਾਡੇ ਨਾਲ ਇੱਕ ਟੀਮ ਵਰਕ ਕਰ ਰਿਹਾ ਅਤੇ ਪਲੀਜ਼ ਸਾਡੀ ਟੀਮ ਬੰਨਿਓ, ਮੇਰੇ ਬੰਨਿਓ ਅਤੇ ਸਾਡੇ ਸਾਰੇ ਸਪੋਰਟਰਸ ਬੰਨਿਓ। ਇੱਕ ਰਿਕੁਐਸਟ ਹੈ ਕਿ ਵੀ 13 ਮਈ ਨੂੰ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅਤੇ ਕੁਛ ਸਮੇਂ ਦੇ ਨਾਲ ਸਾਡੇ ਨਾਲ ਜੁੜੋ, ਕਿ ਮੇਰੀ ਗਰੰਟੀ ਹੈ, ਸਾਡੀ ਸਾਰੀ ਟੀਮ ਦੀ ਗਰੰਟੀ ਹੈ ਕਿ ਤੁਸੀਂ ਇੰਜੋਏ ਕਰੋਗੇ। ਬਾਲੀਵੁੱਡ ਸੁਪਰਸਟਾਰ ਅਤੇ ਪੰਜਾਬੀ ਦੇ ਪ੍ਰਸਿੱਧ ਗਾਇਕ ਦਿਲਜੀਤ ਦਾ ਲਾਈਵ ਸ਼ੋਅ 13 ਮਈ ਨੂੰ ਐਡਮਿੰਟਨ ਦੇ ਐਕਸਪੋ ਸੈਂਟਰ ਵਿਖੇ ਸੈਮ ਚੱਜ, ਬੰਟੀ ਚੱਜ ਅਤੇ ਜੈਕ ਗਰੇਵਾਲ ਦੁਆਰਾ ਕਰਵਾਇਆ ਜਾ ਰਿਹਾ ਹੈ। ਟਿਕਟਾਂ ਧੜਾਧੜ ਟਿਕਟ ਮਾਸਟਰ 'ਤੇ ਵਿਕ ਰਹੀਆਂ ਹਨ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਆਨੰਦ ਮਾਣਨਾ ਚਾਹੁੰਦੇ ਹੋ ਤਾਂ ਟਿਕਟ ਮਾਸਟਰ ਤੋਂ ਟਿਕਟਸ ਲੈ ਸਕਦੇ ਹੋ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਗਲੇ ਹਫ਼ਤੇ ਫਿਰ ਮਿਲਣ ਦੇ ਵਾਅਦੇ ਨਾਲ ਤੇਗਮੀਤ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।